are watching Channel Y. Channel Y, a South Asian Canadian channel. ਨਾਲ ਮੀਟਿੰਗ ਹੋਣੀ ਸੀ ਪਰ ਸਾਡੀ ਇਹ ਮੀਟਿੰਗ ਇੱਕ ਝੂਠਾ ਲਾਰਾ ਸੀ। ਕੋਈ ਮੀਟਿੰਗ ਨਹੀਂ ਕੀਤੀ ਗਈ ਉੱਥੇ, ਕੋਈ ਕੈਪਟਨ ਸਾਹਿਬ ਨਹੀਂ ਪਹੁੰਚੇ ਗਏ, ਕੋਈ ਫਾਈਨੈਂਸ ਮਿਨਿਸਟਰ ਨਹੀਂ ਪਹੁੰਚੇ। ਜਦੋਂ ਬਲਜੀਤ ਕੌਰ ਖਾਲਸਾ ਨੇ ਛਾਲ ਮਾਰੀ ਤਾਂ ਉਹਦੀਆਂ ਰੱਸੀਆਂ ਉਸੇ ਟਾਈਮ ਟੁੱਟ ਚੁੱਕੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਜਦੋਂ ਜਿਹੜੀ ਸਾਡੀ ਭੈਣ ਕਰਮਜੀਤ ਕੌਰ ਔਲਖ ਹੈ ਉਹਨੇ ਛਾਲ ਮਾਰੀ ਤਾਂ ਉਹਦੇ ਸੱਟਾਂ ਕਾਫੀ ਲੱਗੀਆਂ ਗੀਆਂ। ਜਦਕਿ ਬ੍ਰਹਮਿੰਦਰਾ ਜੀ ਨੇ ਕੱਲ੍ਹ ਆਪਣੇ ਮੂੰਹੋਂ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਇੱਕ ਕੁੜੀ ਛਾਲ ਮਾਰ ਵੀ ਦਿੰਦੀ ਹੈ ਤਾਂ ਸਾਨੂੰ ਸਾਡੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਆ। ਪਿਛਲੇ 24 ਦਿਨਾਂ ਤੋਂ ਧਰਨੇ 'ਤੇ ਬੈਠੀਆਂ ਨਰਸਾਂ ਵੱਲੋਂ ਕੱਲ੍ਹ ਦੇਰ ਸ਼ਾਮ ਉਹੀ ਬਿਲਡਿੰਗ ਹੈਗੀ ਰਜਿੰਦਰਾ ਹੋਸਪਿਟਲ ਦੀ ਜਿੱਥੋਂ ਦੀ ਦੋ ਨਰਸਾਂ ਵੱਲੋਂ ਜਿਹੜੀ ਹੈਗੀ ਉਹ ਛਲਾਂਗ ਲਗਾ ਕੇ ਦਿੱਤੀ ਗਈ ਸੀ ਅਤੇ ਉਹਨਾਂ ਦਾ ਇਲਾਜ ਜਿਹੜਾ ਹੈਗਾ ਇਸ ਹੋਸਪਿਟਲ ਦੇ ਵਿੱਚ ਚੱਲ ਰਿਹਾ ਹੈਗਾ। ਅੱਜ ਵੀ 24ਵਾਂ ਦਿਨ ਹੈ ਅਤੇ ਨਰਸਾਂ ਵੱਲੋਂ ਪ੍ਰੋਟੈਸਟ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਹੈਗਾ। ਆਪਣੀਆਂ ਮੰਗਾਂ 'ਤੇ ਅੜਿਕ ਨੇ ਅਤੇ ਬਹੁਤ ਸਾਰੇ ਹੁਣ ਜਿਹੜੇ ਪਾਰਟੀਜ਼ ਜਿਹੜੀਆਂ ਹੈਗੀਆਂ ਰਾਜਨੀਤੀ ਜਿਹੜੀ ਹੈਗੀ ਆ ਉਹ ਇਸ ਚੀਜ਼ 'ਤੇ ਵੀ ਹੁਣ ਹੋਣੀ ਸ਼ੁਰੂ ਹੋ ਚੁੱਕੀ ਹੈ। ਸਵੇਰੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਪਹੁੰਚੇ ਸਨ ਅਤੇ ਜੋ ਜਾਣਕਾਰੀ ਹੈਗੀ ਹੈ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਆਫ ਓਪੋਜੀਸ਼ਨ ਹਰਪਾਲ ਚੀਮਾ ਵੀ ਜਿਹੜੇ ਕਿ ਉਰੇ ਪਹੁੰਚਣਗੇ। ਨਰਸਾਂ ਨਾਲ ਹੀ ਗੱਲ ਕਰਦੇ ਹਾਂ ਕਿ ਕਿੰਨਾ ਮੰਗਾਂ ਨੂੰ ਲੈ ਕੇ ਉਰੇ ਇਹ ਧਰਨਾ ਦੇ ਰਹੇ ਸਨ। ਮੈਮ ਕੀ ਨਾਮ ਹੈ ਜੀ ਤੁਹਾਡਾ? ਅਮਨਦੀਪ ਕੌਰ। ਅਮਨ ਜੀ, ਪਿਛਲੇ 24 ਦਿਨਾਂ ਤੋਂ ਤੁਸੀਂ ਧਰਨੇ 'ਤੇ ਬੈਠੇ ਹੈਗੇ ਹੋ, ਅਜੇ ਤੱਕ ਤੁਹਾਡੀ ਜਿਹੜੀ ਹੈਗੀ ਹੈ ਉਹ ਸੁਣਵਾਈ ਜਿਹੜੀ ਆ ਉਹ ਨਹੀਂ ਹੋਈ, ਤੁਹਾਡੀਆਂ ਹੀ ਦੋ ਜਿਹੜੀਆਂ ਸਾਥੀਆਂ ਸੀ ਕੱਲ੍ਹ ਉਹਨਾਂ ਵੱਲੋਂ ਵੀ ਉਰੇ ਛਲਾਂਗ ਲਗਾ ਦਿੱਤੀ ਗਈ ਸੀ। ਮੈਂ ਅਮਨਦੀਪ ਕੌਰ, ਸਾਡੇ ਇੱਥੇ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਜੀ ਨੇ ਕੱਲ੍ਹ ਮਜਬੂਰ ਹੋ ਕੇ ਮਮਟੀ ਤੋਂ ਛਾਲ ਮਾਰ ਦਿੱਤੀ ਹੈ, ਕਿਉਂਕਿ ਸਾਡੀ ਸਰਕਾਰ ਨੇ ਕੋਈ ਵੀ ਮੰਗ ਆਪਣੀ ਹੈ ਜਿਹੜੀ ਸਿਰੇ ਨਹੀਂ ਚੜ੍ਹਾਈ ਗਈ, ਨਾ ਸਾਡੀ ਕੋਈ ਚੰਗੀ ਤਰ੍ਹਾਂ ਸੁਣਵਾਈ ਹੋਈ ਹੈ। ਕਿਹੜੀਆਂ ਮੰਗਾਂ ਸਨ ਜਿਵੇਂ ਤੁਸੀਂ ਕਿਹਾ ਕਿ ਪੱਕਾ ਮੇਨ ਇੱਕ ਮੰਗ ਸੀ ਪੱਕਾ ਤੁਹਾਨੂੰ ਕਰ ਦਿੱਤਾ ਜਾਵੇ, ਉਸ ਨੂੰ ਲੈ ਕੇ ਕਿੰਨੀਆਂ ਮੀਟਿੰਗਸ ਜਿਹੜੀਆਂ ਹੈਗੀਆਂ ਜਿਹੜੀਆਂ ਪਹਿਲਾਂ ਹੋ ਵੀ ਚੁੱਕੀਆਂ, ਕੱਲ੍ਹ ਵੀ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਸੀ ਜਿਹੜੀ ਉਹ ਨਹੀਂ ਹੋ ਪਾਈ ਸੀ, ਜਿਸ ਤੋਂ ਬਾਰੇ ਇਹ ਸਟੈਪ ਲਿਆ ਗਿਆ? ਸਾਡੀਆਂ ਪਹਿਲਾਂ ਮੀਟਿੰਗਸ ਹੋਈਆਂ ਸੀ ਹੈਲਥ ਮਿਨਿਸਟਰ ਨਾਲ ਹੋਈ ਸੀਗੀ, ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡਾ ਇੱਕ ਤਿਆਰ ਕੀਤਾ ਜਾਂਦਾ ਪ੍ਰਪੋਜ਼ਲ ਉਹਨੂੰ ਅੱਗੇ ਲਿਜਾਇਆ ਜਾਵੇਗਾ, ਜਿਹਦੇ ਵਿੱਚ ਸਾਡੇ ਫਾਈਨੈਂਸ ਮਿਨਿਸਟਰ ਦੇ ਸਾਈਨ ਹੋਣੇ ਸੀ ਅਤੇ ਕੈਪਟਨ ਸਾਹਿਬ ਨਾਲ ਮੀਟਿੰਗ ਹੋਣੀ ਸੀ, ਪਰ ਸਾਡੀ ਇਹ ਮੀਟਿੰਗ ਇੱਕ ਝੂਠਾ ਲਾਰਾ ਸੀ। ਕੋਈ ਮੀਟਿੰਗ ਨਹੀਂ ਕੀਤੀ ਗਈ ਉੱਥੇ, ਕੋਈ ਕੈਪਟਨ ਸਾਹਿਬ ਨਹੀਂ ਪਹੁੰਚੇ ਗਏ, ਕੋਈ ਫਾਈਨੈਂਸ ਮਿਨਿਸਟਰ ਨਹੀਂ ਪਹੁੰਚੇ ਗਏ। ਸਾਡੀ ਇੱਕੋ ਇੱਕ ਮੰਗ ਸੀਗੀ ਰੈਗੂਲਰਾਈਜੇਸ਼ਨ ਦੀ, ਜੋਬ ਸਿਕਿਉਰਿਟੀ ਹਰ ਇੱਕ ਨੂੰ ਜ਼ਰੂਰੀ ਹੁੰਦੀ ਹੈ, ਅਸੀਂ ਸਿਰਫ ਇੱਕੋ ਸਿਕਿਉਰਿਟੀ ਦੀ ਡਿਮਾਂਡ ਕੀਤੀ ਸੀਗੀ, ਸਾਡੀ ਵੀ ਜੋਬ ਸਿਕਿਉਰ ਹੋ ਜਾਵੇ, ਸਾਨੂੰ ਰੈਗੂਲਰ ਕੀਤਾ ਜਾਵੇ, ਪਰ ਉਹਨਾਂ ਨੇ ਸਾਨੂੰ ਸਾਡੀ ਇਸ ਰੈਗੂਲਰਾਈਜੇਸ਼ਨ ਦੀ ਜਿਹੜੀ ਮੰਗ ਹੈ ਉਹਨੂੰ ਕਿਸੇ ਵੀ ਤਰ੍ਹਾਂ ਸਿਰੇ ਨਹੀਂ ਚਾੜਿਆ, ਜਿਹਦੇ ਕਰਕੇ ਸਾਡੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਜੀ ਨੂੰ ਇਹ ਕਦਮ ਚੁੱਕਣਾ ਪਿਆ। ਮੈਮ ਤੁਹਾਡਾ ਕੀ ਨਾਮ? ਮੇਰਾ ਨਾਮ ਜਸਮੀਤ ਕੌਰ। ਜਸਮੀਤ ਮੈਮ, 23 ਦਿਨ ਤੋਂ ਲੜਕੀਆਂ ਜਿਹੜੀਆਂ ਸੀ ਬਿਲਡਿੰਗ ਦੇ ਉੱਪਰ ਬੈਠੀਆਂ, ਪ੍ਰਸ਼ਾਸਨ ਲਗਾਤਾਰ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਰਿਹਾ ਹੈਗਾ ਸੀ, ਲੇਕਿਨ ਕੱਲ੍ਹ ਆਖਰਕਾਰ ਉਹਨਾਂ ਨੂੰ ਜਿਹੜੀ ਹੈ ਉਹ ਉੱਥੋਂ ਦੀ ਛਲਾਂਗ ਲਗਾਉਣੀ ਪੈ ਗਈ ਹੈ। ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਜਿਹੜੀ ਹੈ ਢਿੱਲੀ ਕਰ ਰਹੀ ਹੈ? ਕੋਈ ਪ੍ਰਸ਼ਾਸਨ ਦੀ ਜੋ ਜਾਣਕਾਰੀ ਕਿ ਡੀਸੀ ਸਾਹਿਬ ਨੇ ਖੁਦ ਕਿਹਾ ਸੀ ਕਿ ਮੈਂ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਪੂਰੀਆਂ ਕਰਵਾ ਕੇ? ਹਾਂਜੀ, ਮੈਂ ਜ਼ਰੂਰ ਮੰਨਦੀ ਹਾਂ ਕਿ ਪ੍ਰਸ਼ਾਸਨ ਦੀ ਬਹੁਤ ਵੱਡੀ ਘਾਟ ਹੈ, ਕਿਉਂਕਿ ਅਸੀਂ ਈਵਨ ਕਿ ਜਦੋਂ ਜਿਸ ਦਿਨ ਦੀਆਂ ਮੇਰੀਆਂ ਭੈਣਾਂ ਉੱਪਰ ਬੈਠੀਆਂ ਸੀ, ਅਸੀਂ ਉਸ ਦਿਨ ਤੇ ਇਹਨਾਂ ਨੂੰ ਕਹਿ ਰਹੇ ਸੀ ਕਿ ਪੱਕੇ ਪ੍ਰਬੰਧ ਕੀਤੇ ਜਾਣ, ਇਹਨਾਂ ਨੇ ਸਾਡੇ ਕਹਿਣ ਤੇ ਅਸੀਂ ਰੋਡ ਬਲੌਕ ਕੀਤਾ ਤੇ ਇਹਨਾਂ ਨੇ ਸਾਡੇ ਕਹਿਣ ਤੇ ਇਹਨਾਂ ਨੇ ਜਾਲ ਵਗੈਰਾ ਲਗਵਾਇਆ ਜ਼ਰੂਰ ਸੀ, ਪਰ ਉਹ ਜਾਲ ਇੰਨਾ ਕੁ ਨਿਕੰਮਾ ਲਗਾਇਆ ਸੀਗਾ ਕਿ ਉਹ ਜਦੋਂ ਬਲਜੀਤ ਕੌਰ ਖਾਲਸਾ ਨੇ ਛਾਲ ਮਾਰੀ ਤਾਂ ਉਹਦੀਆਂ ਰੱਸੀਆਂ ਉਸੇ ਟਾਈਮ ਟੁੱਟ ਚੁੱਕੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਜਦੋਂ ਜਿਹੜੀ ਸਾਡੀ ਭੈਣ ਕਰਮਜੀਤ ਕੌਰ ਔਲਖ ਹੈ ਉਹਨੇ ਛਾਲ ਮਾਰੀ ਤਾਂ ਉਹਦੇ ਸੱਟਾਂ ਕਾਫੀ ਲੱਗੀਆਂ ਗੀਆਂ ਅਤੇ ਉਹਨਾਂ ਦੀ ਹਾਲਤ ਵੀ ਕਾਫੀ ਗੰਭੀਰ ਹੈ। ਇਹਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੈ, ਕਿਉਂਕਿ ਜੇ ਪ੍ਰਸ਼ਾਸਨ ਚਾਹੇ ਤਾਂ ਕੁਝ ਵੀ ਕਰਾ ਸਕਦਾ ਹੈ, ਕਿਉਂਕਿ ਅਸੀਂ ਬਹੁਤ ਦਿਨਾਂ ਤੋਂ ਇਹੀ ਮੰਗ ਰੱਖੀ ਹੋਈ ਸੀ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਅਸੀਂ ਕੋਈ ਵਿੱਤੀ ਬੋਝ ਨਹੀਂ ਸੀ ਪਾਇਆ ਸਰਕਾਰ 'ਤੇ, ਅਸੀਂ ਇਹੀ ਕਿਹਾ ਸੀ ਕਿ ਸਾਨੂੰ ਜਿੰਨੀ ਅਸੀਂ ਤਨਖਾਹ ਲੈ ਰਹੇ ਹਾਂ ਸਾਨੂੰ ਮੌਜੂਦਾ ਤਨਖਾਹ 'ਤੇ ਰੈਗੂਲਰ ਕੀਤਾ ਜਾਵੇ, ਪਰ ਸਾਡੀ ਇੱਕੋ ਇੱਕ ਡਿਮਾਂਡ ਸੀਗੀ। ਪਰ ਡੀਸੀ ਸਾਹਿਬ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ, ਸਾਡੀਆਂ ਮੀਟਿੰਗਾਂ ਹੈਲਥ ਸੈਕਟਰੀ ਨਾਲ ਵੀ ਹੋਈਆਂ, ਬਕਾਇਦਾ ਅਸੀਂ ਹੈਲਥ ਸੈਕਟਰੀ ਜਿਹੜੇ ਸਾਡੇ ਬ੍ਰਹਮਿੰਦਰਾ ਜੀ ਨੇਗੇ ਇਹਨਾਂ ਨੂੰ ਅਸੀਂ ਹੈਲਥ ਮਿਨਿਸਟਰ ਨੇ ਜਿਹੜੇ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ, ਉਹਨਾਂ ਨਾਲ ਜਦੋਂ ਕੱਲ੍ਹ ਅਸੀਂ ਮੀਟਿੰਗ 'ਤੇ ਗਏ ਸੀ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਕਿ ਕੈਬਨ ਮਤਲਬ ਤੁਹਾਡੇ ਕੈਪਟਨ ਨਾਲ ਮੀਟਿੰਗ ਹੋਈ ਜਾਏਗੀ, ਬਟ ਉੱਥੇ ਜਾ ਕੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਕੋਈ ਮੀਟਿੰਗ ਨਹੀਂ ਸੀਗੀ, ਕਿ ਸਾਨੂੰ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਸਰ ਉਹ ਸਰਹੱਦੀ ਏਰੀਆ 'ਤੇ ਗਏ ਹੋਏ ਨੇਗੇ, ਪਰ ਉਹ ਕੋਈ ਸਰਹੱਦੀ ਏਰੀਆ 'ਤੇ ਨਹੀਂ ਸੀਗੇ, ਜਦਕਿ ਉਹ ਜਲੰਧਰ ਵਿੱਚ ਕਿਸੇ ਪ੍ਰਾਈਵੇਟ
ਸਟੇਟ ਯੂਨੀਵਰਸਿਟੀ ਦਾ ਉਦਘਾਟਨ ਕਰ ਰਹੇ ਸੀਗੇ, ਆਉਣ ਨੂੰ ਆ ਸਕਦੇ ਸੀ, ਉਹ ਸਾਡੇ ਨਾਲ ਮੀਟਿੰਗ ਕਰ ਸਕਦੇ ਸੀਗੇ, ਕੁਛ ਵੀ ਹੋ ਸਕਦਾ ਸੀ, ਪਰ ਉਹਨਾਂ ਨੇ ਨਹੀਂ ਇਸ ਗੱਲ ਨੂੰ ਸੀਰੀਅਸ ਨਹੀਂ ਲਿੱਤਾ, ਜਦਕਿ ਸਾਡੀਆਂ ਭੈਣਾਂ ਨੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀ ਕਿ ਜੇ ਸਾਡੀ ਮੰਗ ਨੂੰ ਨਾ ਮੰਨਿਆ ਗਿਆ ਤਾਂ ਅਸੀਂ ਛਾਲ ਮਾਰ ਦੇਵਾਂਗੇ, ਪਰ ਇਹਨਾਂ ਦੀ ਸਰਕਾਰ ਦੇ ਕਿਸੇ ਕੰਮ 'ਤੇ ਜੂ ਨਹੀਂ ਸਰ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ, ਜਦਕਿ ਬ੍ਰਹਮਿੰਦਰਾ ਜੀ ਨੇ ਕੱਲ੍ਹ ਆਪਣੇ ਮੂੰਹੋਂ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਇੱਕ ਕੁੜੀ ਛਾਲ ਮਾਰ ਵੀ ਦਿੰਦੀ ਹੈ ਤਾਂ ਸਾਨੂੰ ਸਾਡੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਆ। ਇਸੇ ਕਰਕੇ ਅਸੀਂ ਬਹੁਤ ਇਹਨਾਂ ਨਾਲ, ਸਾਡਾ ਰੋਸ ਹੈਗਾ ਕਿ ਇਹਨਾਂ ਨੇ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਸਾਡੀਆਂ ਭੈਣਾਂ ਦੀਆਂ ਜਾਨਾਂ ਨੁਕਸਾਨ ਕਰਵਾਉਣ ਲਈ। ਜੇ ਗੱਲ ਆਪਾਂ ਗੱਲ ਕਰੀਏ ਕਮਲਜੀਤ ਕੌਰ ਔਰਖ ਦੀ ਅਤੇ ਬਲਜੀਤ ਕੌਰ ਦੀ, ਤਾਂ ਕੀ ਪੋਜੀਸ਼ਨ ਹੈ ਢਿੱਲ ਹੁਣ ਨਾਲ? ਭਾਅ ਜੀ, ਉਹਨਾਂ ਦੀ ਹਾਲਤ ਬਹੁਤ ਹੀ ਗੰਭੀਰ ਆ। ਸਾਡੀ ਭੈਣ ਕਰਮਜੀਤ ਕੌਰ ਔਲਖ, ਜਿਨ੍ਹਾਂ ਦਾ ਓਪਰੇਟਰ ਚੱਲ ਰਿਹਾ, ਅੱਧਾ ਪੌਣਾ ਘੰਟਾ ਹੋਰ ਲੱਗਣਾ, ਅਤੇ ਸਾਡੇ ਬਲਜੀਤ ਕੌਰ ਖਾਲਸਾ ਜੀ, ਜੋ ਕਿ ਪਹਿਲਾਂ ਹੀ ਬਹੁਤ ਉਹਨਾਂ ਦੀ ਹਾਲਤ ਗੰਭੀਰ ਆ, ਪਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੇਰੀ ਹਾਲਤ ਗੰਭੀਰ ਦੇ ਹੋਣ ਦੇ ਬਾਵਜੂਦ ਵੀ ਮੈਂ ਇਸ ਟਾਈਮ ਉੱਥੇ ਮਰਨ ਵਰਤ ਸ਼ੁਰੂ ਕਰੂੰਗੀ। ਬੈੱਡ ਤੇ ਹੀ ਪੈ ਕੇ ਜਿਹੜਾ ਮਰਨ ਵਰਤ, ਹਾਂਜੀ, ਬੈੱਡ ਤੇ ਪੈ ਕੇ ਉਹਨਾਂ ਦਾ ਮਰਨ ਵਰਤ ਸ਼ੁਰੂ ਹੋ ਚੁੱਕਾ। ਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੇ ਦਬਾਅ ਬਣਾਉਣ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਰਾਜਨੀਤਿਕ ਲੋਕ ਜਿਹੜੇ ਆ, ਨੇਤਾ ਜਿਹੜੇ ਹੈਗੇ, ਉਹ ਉਰੇ ਪਹੁੰਚ ਰਹੇ ਨੇ। ਸਿਮਤੀ ਜਿਹੜੀ ਹੈਗੀ ਆ, ਉਹ ਪਹਿਲਾਂ ਕਿਸੇ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਵੀ ਤੁਹਾਡੇ ਧਰਨਿਆਂ ਦੇ ਵਿੱਚ ਆਉਂਦੀ ਸੀ, ਸੇਮ ਉਸੇ ਤਰ੍ਹਾਂ ਅੱਜ ਸੁਖਪਾਲ ਖਹਿਰਾ ਵੀ ਆਏ ਨੇ ਅਤੇ ਹਰਪਾਲ ਚੀਮਾ ਵੀ ਆਉਣ ਵਾਲੇ ਨੇ। ਹਾਂਜੀ, ਦੇਖੋ ਇਹ ਤਾਂ ਜਿਹੜੀਆਂ ਹੈਗੀਆਂ ਰਾਜਨੀਤੀ ਗੱਲਾਂ ਨੇ ਵੀ ਜਿੱਦਾਂ ਕਹਿ ਦਿੰਦੇ ਆਪਾਂ ਰੋਟੀਆਂ ਸੇਕਣ ਵਾਲੀ ਗੱਲ ਹੋ ਜਾਂਦੀ ਆ, ਪਰ ਅਸੀਂ ਕਿਸੇ ਨੂੰ ਵੀ ਇਸ ਗੱਲ ਲਈ ਕਹਿ ਨਹੀਂ ਰਹੇ ਵੀ ਇੱਥੇ ਰਾਜਨੀਤੀ ਕੀਤੀ ਜਾਵੇ, ਸਦੋਂ ਕਿ ਸਾਡਾ ਭੈਣ ਭਾਈ ਦੀ ਤਰ੍ਹਾਂ ਸਾਡਾ ਸਮਰਥਨ ਕੀਤਾ ਜਾਵੇ, ਸਾਡੀ ਜਿਹੜੀ ਆਵਾਜ਼ ਆ ਉਹ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ, ਵੀ ਇਹਨਾਂ ਕੁੜੀਆਂ ਦਾ ਦਰਦ ਸੁਣਿਆ ਜਾਵੇ ਅਤੇ ਸਾਡੀ ਰੈਗੂਲਾਈਜੇਸ਼ਨ ਦੀ ਜਿਹੜੀ ਇੱਕੋ ਇੱਕ ਮੰਗ ਆ ਉਹਨੂੰ ਪੂਰਾ ਕੀਤਾ ਜਾਵੇ। ਜੀ ਬਿਲਕੁਲ, ਗੱਲ ਕਰ ਰਹੇ ਜੀ ਮੈਡਮ ਆਪਾਂ ਰਾਜਨੀਤਿਕ ਰੋਟੀਆਂ ਸੇਕਣ ਨੂੰ ਲੈ ਕੇ, ਤੁਹਾਨੂੰ ਲੱਗਦਾ ਕਿ ਰਾਜਨੀਤਿਕ ਲੋਕ ਜਿਹੜੇ, ਰਾਜਨੀਤਿਕ ਨੇਤਾ ਜਿਹੜੇ ਹੈਗੇ ਆ, ਇਹੋ ਜਿਹੇ ਪ੍ਰੋਟੈਸਟਾਂ ਦੇ ਵਿੱਚ ਆ ਕੇ ਰਾਜਨੀਤਿਕ ਰੋਟੀਆਂ ਸੇਕਦੇ ਨੇ? ਜੇ ਕਿਸੇ ਸਮੇਂ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਤੁਹਾਡੇ ਨਾਲ ਵਾਅਦਾ ਕੀਤਾ ਸੀ, ਅੱਜ 2 ਸਾਲ ਹੋ ਚੁੱਕੇ ਆ ਸਰਕਾਰ ਬਣੀ ਨੂੰ, ਪਰ ਤੁਹਾਡੀ ਜਿਹੜੀ ਮੰਗ ਆ ਉਹ ਢਿੱਲ ਉਵੇਂ ਨਹੀਂ ਖੜੀ ਆ। ਹਾਂਜੀ, ਮਹਾਰਾਣੀ ਜਦੋਂ 2016 ਦੇ ਵਿੱਚ ਉਦੋਂ ਇਹਨਾਂ ਦੀ ਸਰਕਾਰ ਨਹੀਂ ਸੀਗੀ ਅਤੇ ਉਦੋਂ ਇਹ ਸਾਡੇ ਨਾਲ ਆ ਕੇ ਬੈਠੇ ਸੀ ਦਰੀ 'ਤੇ, ਇਹਨਾਂ ਨੇ ਲਿਖਤੀ ਰੂਪ ਵਿੱਚ ਲੈਟਰ ਲਿਖੀ ਸੀਗੀ ਬਾਦਲ ਨੂੰ ਵੀ ਜਿਹੜੀ ਵੀ ਇਹਨਾਂ ਦੀ ਮੰਗ ਆ ਇੱਕੋ ਇੱਕ ਮੰਗ ਆ ਰੈਗੂਲਾਈਜੇਸ਼ਨ ਦੀ, ਵੀ ਇਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਪਰ ਉਹਦੇ 'ਤੇ ਹੁਣ ਜਦਕਿ ਉਹਨਾਂ ਦੀ ਸਰਕਾਰ ਆ ਚੁੱਕੀ ਆ ਤਾਂ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਇਹ ਗੱਲ। ਇਸ ਨੂੰ ਲੈ ਕੇ ਪਹਿਲਾਂ ਵੀ ਜਿਹੜੇ ਹੈਗੇ ਤੁਹਾਡੇ ਵੱਲੋਂ ਪ੍ਰੋਟੈਸਟ ਵੇਖਣ ਨੂੰ ਮਿਲਿਆ, ਨਹਿਰ ਦੇ ਵਿੱਚ ਛਲਾਂਗ ਔਲਖ ਵੱਲੋਂ ਹੀ ਜਿਹੜੀ ਪਹਿਲਾਂ ਵੀ ਇੱਕ ਵਾਰੀ ਛਲਾਂਗ ਲਗਾਈ ਗਈ ਹੈਗੀ ਸੀ ਦੀਵਾਰ ਤੋਂ, ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਲੜਕੀਆਂ ਦੀ ਆਵਾਜ਼ ਜਿਹੜੀ ਹੈਗੀ ਹੈ, ਜਿਹੜੇ ਹਮੇਸ਼ਾ ਸਰਕਾਰਾਂ ਦਾਅਵਾ ਕਰਦੀਆਂ ਕਿ ਲੜਕੀਆਂ ਦੀ ਆਵਾਜ਼ ਨੂੰ ਅਸੀਂ ਹਮੇਸ਼ਾ ਚੱਕਾਂਗੇ, ਉਹ ਕਿਤੇ ਨਾ ਕਿਤੇ ਸਰਕਾਰ ਦਬਾਉਣ 'ਚ ਜਦੋਂ ਆਪਾਂ ਕੋਈ ਵੀ ਸਟਰਗਲ ਕਰਦੇ ਹਾਂ ਹੈ ਨਾ ਤਾਂ ਉਹਦੇ ਵਿੱਚ ਜਿੱਤ ਤਾਂ ਹੁੰਦੀ ਆ, ਠੀਕ ਹੈ, ਇਹ ਜਿਹੜੇ ਹੁੰਦੇ ਨੇ ਕਿ ਇੱਦਾਂ ਇਹਨਾਂ ਨੂੰ ਕੋਈ ਦਬਾ ਨਹੀਂ ਸਕਦਾ, ਠੀਕ ਹੈ, ਜੋ ਜੇ ਮਨ 'ਚ ਵਿੱਚ ਇਹ ਧਾਰ ਲਿਆ ਜਾਵੇ ਕਿ ਅਸੀਂ ਆਹ ਕੁਛ ਪ੍ਰਾਪਤ ਕਰਕੇ ਹੀ ਰਹਿਣਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਆ ਉਸ ਨੂੰ ਰੋਕ ਨਹੀਂ ਸਕਦੀ। ਬਿਲਕੁਲ, ਜਿਵੇਂ ਕਿ ਤੁਸੀਂ ਸੁਣਿਆ ਕਿ ਜਿਹੜੀ ਨਰਸਾਂ ਜਿਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈਗਾ, ਉਹਨਾਂ ਦੀ ਉਹ ਆਪਣੀ ਮੰਗਾਂ 'ਤੇ ਅੜਿਗ ਨੇ, ਅਤੇ ਉਹਨਾਂ ਦਾ ਇੱਕੋ ਹੀ ਕਹਿਣਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਣਗੀਆਂ ਜਾਣਗੀਆਂ ਉਦੋਂ ਤੱਕ ਉਹਨਾਂ ਵੱਲੋਂ ਜਿਹੜੇ ਹੈਗੇ ਆ ਆਪਣਾ ਪ੍ਰੋਟੈਸਟ ਜਾਰੀ ਰਹੇਗਾ, ਚਾਹੇ ਇਸ ਦੇ ਲਈ ਉਹਨਾਂ ਨੂੰ ਵੱਡੀ ਤੋਂ ਵੱਡੀ ਕੁਰਬਾਨੀ ਜਿਹੜੀ ਹੈ ਘਿਓ ਨਾ ਦੇਣੀ ਪੈਣੀ ਪਈ। ਪਟਿਆਲਾ ਤੋਂ ਕੈਮਰਾਮੈਨ ਵਿਪਨ ਦੇ ਨਾਲ ਇੰਦਰਜੀਤ ਬਖਸ਼ੀ, ਚੈਨਲ ਵਾਈ ਦੇ ਲਈ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।